ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਮੇਰਾ ਲੈਕਚਰ ਲੜੀ ਦਾ ਪਹਿਲਾ ਹਿੱਸਾ ਹੈ। ਇਹ ਸਾਰੇ ਲੈਕਚਰ ਗੁਰਬਾਣੀ ਅਤੇ ਵਿਗਿਆਨ ਨਾਲ ਸੰਬੰਧਿਤ ਹੋਣਗੇ। ਜੇ ਤੁਸੀਂ ਇਹਨਾਂ ਲੈਕਚਰਾਂ ਨੂੰ ਸੁਣਨਾ ਚਾਹੋ, ਇਹ ਵਿਚਾਰ ਸੁਣਨੇ ਚਾਹੋ, ਤਾਂ ਕਿਰਪਾ ਕਰਕੇ ਮੈਨੂੰ ਫੋਨ 'ਤੇ ਜਾਂ ਵਟਸਐਪ 'ਤੇ ਦੱਸ ਸਕਦੇ ਹੋ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਬਹੁਤ ਸੁੰਦਰ ਸ਼ਬਦ ਹੈ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਚ ਸੁਣੀਐ ਕਿਚ ਕਹੀਐ। ਕਿ ਰਹਿੰਦੀ ਦੁਨੀਆ ਤੱਕ ਇਨਸਾਨ ਕੁਛ ਨਾ ਕੁਛ ਦੱਸਦਾ ਰਹੇਗਾ ਪਰਮਾਤਮਾ ਬਾਰੇ, ਅਤੇ ਕੁਛ ਸੁਣਦਾ ਵੀ ਰਹੇਗਾ ਪਰਮਾਤਮਾ ਦੀ ਸਿਫਤ ਸਲਾਹ। ਕਿਉਂਕਿ ਮੇਰਾ ਸੰਬੰਧ ਧਰਮ ਅਤੇ ਵਿਗਿਆਨ ਨਾਲ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਸੋਚੀਏ ਕਿ ਧਰਮ ਅਤੇ ਵਿਗਿਆਨ ਇੱਕ ਦੂਜੇ ਦੇ ਪੂਰਕ ਹਨ, ਮਤਲਬ ਇੱਕ ਦੂਜੇ ਦੇ ਫੇਵਰ ਵਿੱਚ ਹਨ। ਇੱਥੇ ਧਰਮ ਦਾ ਮਤਲਬ ਸਾਰੇ ਦੁਨੀਆ ਸੰਸਾਰ ਦੇ ਧਰਮ। ਇਹ ਬੜਾ ਇੱਕ ਅਹਿਮ ਸਵਾਲ ਹੈ, ਅਤੇ ਹਰ ਇੱਕ ਧਰਮ ਦਾ ਧਾਰਮਿਕ ਪਰਿਪੇਖ ਇੱਕ ਦੂਜੇ ਨਾਲੋਂ ਵਿਲੱਖਣ ਅਤੇ ਭਿੰਨ ਹੈ। ਔਰ ਕਈ ਵਾਰੀ ਜਦੋਂ ਅਸੀਂ ਕਿਸੇ ਧਰਮ ਦੇ ਕੁਛ ਵਿਚਾਰ ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਸਾਨੂੰ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਕਿ ਇਹ ਸ਼ਾਇਦ ਵਿਗਿਆਨ ਤੋਂ ਭਿੰਨ ਹੈ, ਤਾਂ ਸਾਨੂੰ ਕਈ ਵਾਰੀ ਸ਼ੰਕੇ ਵੀ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹੜਾ ਕਿ ਨੈਚੁਰਲ ਹੈ। ਜਿਹੜਾ ਵਿਗਿਆਨ ਹੈ ਉਹ ਹਰ ਦੇਸ਼ ਵਿੱਚ ਇੱਕੋ ਜਿਹਾ, ਇਹ ਕੁਦਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਜਿਹੜੇ ਵਿਗਿਆਨੀ ਮਹਿਸੂਸ ਕਰਦੇ ਆ, ਉਹ ਉਹਨਾਂ ਘਟਨਾਵਾਂ ਨੂੰ ਬੜੀ ਬਾਰੀਕੀ ਨਾਲ ਵਿਚਾਰਦੇ ਆ, ਫਿਰ ਉਸਦੇ ਸੰਬੰਧ ਵਿੱਚ ਉਹ ਹਿਸਾਬ ਕਿਤਾਬ ਲਗਾਉਂਦੇ ਆ ਜਾਂ ਕੋਈ ਸਿਧਾਂਤ ਦਿੰਦੇ ਆ। ਅਤੇ ਇੱਥੇ ਬਸ ਨਹੀਂ, ਫਿਰ ਉਹ ਪ੍ਰਯੋਗਾਂ ਦੀ ਹੈਲਪ ਨਾਲ, ਐਕਸਪੈਰੀਮੈਂਟ ਦੀ ਹੈਲਪ ਨਾਲ ਉਹਨਾਂ ਹਿਸਾਬੀ ਮਾਡਲਾਂ ਨੂੰ, ਉਹਨਾਂ ਹਿਸਾਬ ਕਿਤਾਬ ਨੂੰ ਘਟਨਾਵਾਂ ਦੇ ਸੰਬੰਧ ਵਿੱਚ ਪਰਖਦੇ ਆ। ਜੇ ਉਹਨਾਂ ਦੇ ਐਕਸਪੈਰੀਮੈਂਟ ਜਾਂ ਸਿਧਾਂਤ, ਜੇ ਉਹਨਾਂ ਦੇ ਐਕਸਪੈਰੀਮੈਂਟ ਸਿਧਾਂਤ ਦੀ ਪੁਸ਼ਟੀ ਕਰ ਦਿੰਦੇ ਆ, ਮਤਲਬ ਉਹਨਾਂ ਨੇ ਸਿਧਾਂਤ ਦਿੱਤਾ, ਐਕਸਪੈਰੀਮੈਂਟ ਕੀਤਾ, ਐਕਸਪੈਰੀਮੈਂਟ ਸਿਧਾਂਤ ਦੀ ਫੇਵਰ ਵਿੱਚ ਹੋ ਗਿਆ, ਤਾਂ ਉਹ ਸਿਧਾਂਤ ਵਿਗਿਆਨ ਦਾ ਇੱਕ ਹਿੱਸਾ ਬਣ ਜਾ। ਅਤੇ ਵਿਗਿਆਨ ਇੱਕ ਅਜਿਹਾ ਗਿਆਨ ਹੈ ਜਿਹਨੂੰ ਆਪਣੇ ਆਪ ਨੂੰ ਸੱਚਾ ਕਰਨ ਲਈ ਬੜੇ ਤਜਰਬੇ ਅਤੇ ਗੁੰਝਲਦਾਰ ਹਿਸਾਬ ਵਿੱਚੋਂ ਲੰਘਣਾ ਪੈਂਦਾ। ਜੇ ਉਹ ਸਹੀ ਸਿੱਧ ਹੋ ਜਾਂਦਾ ਤਾਂ ਉਹ ਵਿਗਿਆਨ ਉਸ ਸਮੇਂ ਦਾ ਫਿਰ ਸੱਚ ਬਣ ਜਾਂਦਾ। ਪਰ ਪਤਾ ਕੀ ਹੈ, ਉਸ ਵਿਗਿਆਨ ਵਿੱਚ ਇਹ ਵੀ ਹੈ ਕਿ ਉਸ ਸੱਚ ਨੂੰ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ, ਮਤਲਬ ਜਿਹੜੇ ਅੱਗੋਂ ਬੱਚੇ ਆ ਰਹੇ ਆ, ਉਹ ਉਸ ਸੱਚ 'ਤੇ ਇਨ ਬਿਨ ਵਿਸ਼ਵਾਸ ਨਹੀਂ ਕਰਦੇ, ਉਹ ਇਹਨਾਂ ਦੀ ਮੁੜ ਤੋਂ ਜਾਂਚ ਪਰਖ ਕਰਦੇ। ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਦੇ 'ਚ ਕੋਈ ਤਰੁੱਟੀ ਆ, ਤਾਂ ਉਸ ਸੂਰਤ ਵਿੱਚ ਉਹਦੀ ਫਿਰ ਤੋਂ ਸੁਧਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇੱਕ ਨਵਾਂ ਸੱਚ ਨਵੇਂ ਲਿਬਾਸ ਵਿੱਚ ਉਹ ਉੱਭਰ ਕੇ ਸਾਹਮਣੇ ਆ ਜਾਂਦਾ। ਅਤੇ ਇਹਦਾ ਮਤਲਬ ਹੈ ਕਿ ਸਮੇਂ ਦੇ ਨਾਲ ਨਾਲ ਜਿਹੜਾ ਵਿਗਿਆਨਿਕ ਸੱਚ ਹੈ ਉਹਦੇ ਜਿਹੜੇ ਸੱਚ ਦੀ ਕੁਆਂਟਿਟੀ ਹੈਗੀ ਆ ਉਹ ਵੱਧਦੀ ਜਾਂਦੀ ਹੈ। ਅਤੇ ਜਿੰਨਾ ਜ਼ਿਆਦਾ ਸਾਇੰਸ ਨੂੰ ਪਰਖਿਆ ਜਾਊਗਾ, ਓਨਾ ਹੀ ਜ਼ਿਆਦਾ ਇਹ ਸ਼ੁੱਧ ਰੂਪ ਵਿੱਚ ਪ੍ਰਗਟ ਹੋਏਗਾ। ਜਿੱਦਾਂ ਹੁਣ ਹਰ ਇੱਕ ਇਨਸਾਨ ਲਈ ਇੱਕ ਆਮ ਗੱਲ ਸੀ ਕਿ ਜੇ ਦਰਖਤ ਤੋਂ ਕੋਈ ਸੇਬ ਡਿੱਗੂਗਾ ਤਾਂ ਉਹ ਨੀਚੇ ਹੀ ਆਊਗਾ, ਪਰ ਇਹ ਜਿਹੜਾ ਵਿਗਿਆਨੀ ਨਿਊਟਨ ਸੀਗਾ ਉਹਦੇ ਲਈ ਇਹ ਆਮ ਗੱਲ ਨਹੀਂ ਸੀ। ਉਸਨੇ ਇਸ ਨੂੰ ਬਾਰੀਕੀ ਨਾਲ ਖੋਜਿਆ, ਜਿਸ ਦੇ ਸਿੱਟੇ ਵਜੋਂ ਗੁਪਤਾ ਦਾ ਸਿਧਾਂਤ ਸਾਡੇ ਸਾਹਮਣੇ ਆਇਆ।
ਅਸੀਂ ਸਾਰੇ ਇੱਕ ਸਿਧਾਂਤ ਪੜ੍ਹਦੇ ਹਾਂ ਮੈਥਮੈਟਿਕਸ ਦਾ, ਕਿ ਜੇ ਦੋ ਨੈਗੇਟਿਵ ਨੰਬਰ ਹੈਗੇ ਆ ਉਹਨਾਂ ਨੂੰ ਜੇ ਮਲਟੀਪਲਾਈ ਕਰੀਏ ਤਾਂ ਉਹ ਪੋਜ਼ਿਟਿਵ ਹੋ ਜਾਂਦੇ ਆ। ਪਰ ਅਸੀਂ ਇਹ ਨਹੀਂ ਸੋਚਦੇ ਕਿ ਜੇ ਅਸੀਂ ਦੋ ਪੋਜ਼ਿਟਿਵ ਨੰਬਰ ਨੂੰ ਮਲਟੀਪਲਾਈ ਕਰੀਏ ਤਾਂ ਉਹ ਨੈਗੇਟਿਵ ਕਿਉਂ ਨਹੀਂ ਹੁੰਦੇ। ਤਾਂ ਇਸ ਕਰਕੇ ਵਿਗਿਆਨ ਸਿਰਫ ਉਹਨਾਂ ਲੋਕਾਂ ਤੱਕ ਸੀਮਤ ਰਹਿੰਦਾ ਜਿਹੜੀ ਉਸ ਨੂੰ ਬੜੀ ਬਾਰੀਕੀ ਨਾਲ ਅਤੇ ਬੁੱਧੀ ਨਾਲ ਉਹਦੀ ਖੋਜ ਕਰਦੇ ਆ। ਹੁਣ ਜੇ ਆਪਾਂ ਧਰਮ ਵੱਲ ਆਉਂਦੇ ਹੈਗੇ ਹਾਂ, ਧਰਮ ਦੇ ਜਿਹੜੇ ਸਿਧਾਂਤ ਆ ਉਹ ਜਿਹੜੇ ਉਸ ਧਰਮ ਨੂੰ ਮੰਨਦੇ ਆ ਉਹਨਾਂ ਲਈ ਉਹ ਅਟਲ ਆ, ਅਤੇ ਉਹ ਸਿਧਾਂਤ ਜਾਂ ਤਾਂ ਉਸ ਧਰਮ ਦੇ ਜਿਹੜੇ ਬਾਣੀ ਆ ਓਕੇ ਪ੍ਰਵਰਤਕਾਂ ਵੱਲੋਂ ਉਚਾਰੇ ਗਏ ਆ। ਹਰ ਇੱਕ ਧਰਮ ਲਈ ਉਹਦੇ ਸਿਧਾਂਤ ਅੰਤਿਮ ਆ, ਉਹਨਾਂ ਵਿੱਚ ਕਿਸੇ ਕਿਸਮ ਦਾ ਕਿੰਤੂ ਪਰੰਤੂ ਜਾਂ ਸੁਦਾਈ ਨਹੀਂ ਹੋ ਸਕਦੀ। ਇਹ ਆਪਾਂ ਸਾਰਿਆਂ ਨੂੰ ਮੰਨਣਾ ਪੈਂਦਾ ਅਤੇ ਮੰਨਣਾ ਹੁੰਦਾ। ਧਰਮ ਅਤੇ ਜਿਹੜੀ ਸਪਿਰਚੁਅਲਿਜ਼ਮ ਹੈ ਉਹਦਾ ਮੋਟਿਵ ਕੀ ਆ? ਉਹਦਾ ਮੋਟਿਵ ਆ ਮਨ ਨੂੰ ਸ਼ੁੱਧ ਕਰਨਾ, ਮਨ ਦੀ ਸੁਧਾਈ। ਅਤੇ ਮਨ ਨੂੰ ਸ਼ੁੱਧ ਕਰਕੇ, ਮਨ ਦੀ ਸੁਧਾਈ ਕਰਕੇ ਜਿਹੜੀ ਸਾਡੀ ਕੌਨਸ਼ੀਅਸਨੈਸ ਆ ਉਹਦੇ ਵਿੱਚੋਂ ਆਤਮਾ ਨੂੰ ਪ੍ਰਤੱਖ ਕਰਾਉਣਾ, ਆਤਮਾ ਦੇ ਦਰਸ਼ਨ ਕਰਾਉਣੇ। ਤਾਂ ਵਿਗਿਆਨ ਜਿਹੜਾ ਹੈਗਾ ਅਤੇ ਵਿਗਿਆਨ ਦਾ ਜਿਹੜਾ ਸੰਬੰਧ ਹੈ ਉਹ ਦਰਸ਼ਨ ਸ਼ਾਸਤਰ ਜਾਂ ਬੁੱਧੀ ਨਾਲ ਹੈ, ਮਤਲਬ ਦਿਮਾਗ ਨਾਲ ਆ। ਸਾਇੰਸ ਹੁਣ ਦੋਨੋਂ ਚੀਜ਼ਾਂ ਅੱਡ ਅੱਡ ਆ। ਜਿਹੜਾ ਰਿਲੀਜਨ ਅਤੇ ਸਪਿਰਚੁਅਲਿਜ਼ਮ ਆ ਉਹਨੇ ਕੀ ਕਰਨਾ? ਮਨ ਨੂੰ ਸ਼ੁੱਧ ਕਰਨਾ ਅਤੇ ਕੌਨਸ਼ੀਅਸਨੈਸ ਵਿੱਚੋਂ ਜਿਹੜੀ ਸੁਪਰੀਮ ਪਾਵਰ ਦੀ ਇੱਕ ਝਲਕ ਹੈਗੀ ਆ ਉਹਦੇ ਦਰਸ਼ਨ ਕਰਾਉਣੇ। ਅਤੇ ਵਿਗਿਆਨ ਦਾ ਸੰਬੰਧ ਜਿਹੜਾ ਉਹ ਸਿਰਫ ਸਿੱਧਾ ਸਿੱਧਾ ਦਿਮਾਗ ਜਾਂ ਬੁੱਧੀ ਨਾਲ। ਅਤੇ ਜੇ ਅਸੀਂ ਸਾਇੰਸ, ਫਿਲੋਸਫੀ ਅਤੇ ਧਰਮ ਨੂੰ ਜੋੜ ਦਈਏ ਤਾਂ ਪਤਾ ਕੀ ਹੋਏਗਾ? ਤਾਂ ਮਨ, ਬੁੱਧੀ ਅਤੇ ਚੇਤਨਾ ਜਿਹੜੀ ਕੌਨਸ਼ੀਅਸਨੈਸ ਉਸ ਨਾਲ ਸੰਬੰਧਿਤ ਇੱਕ ਨਵਾਂ ਦ੍ਰਿਸ਼ਟੀਕੋਣ ਉਜਾਗਰ ਹੋਊਗਾ। ਅਤੇ ਇਹ ਦ੍ਰਿਸ਼ਟੀਕੋਣ ਮਨੁੱਖ ਅਤੇ ਕਾਇਨਾਤ ਨਾਲ ਜੁੜੀਆਂ ਉਲਝਣਾਂ ਨੂੰ ਸੁਲਝਾਉਣ ਲਈ ਮਦਦਗਾਰ ਸਾਬਿਤ ਹੋ ਸਕਦਾ। ਇਸ ਕਰਕੇ ਧਰਮ ਅਤੇ ਸਾਇੰਸ ਨੂੰ ਅੱਜ ਜੋੜਨ ਦੀ ਲੋੜ ਹੈ। ਮੈਂ ਅਬੂ ਬਹਾ ਦੀਆਂ ਲਿਖਤਾਂ ਬਾਰੇ ਪੜ੍ਹਿਆ, ਮੈਂ ਉਹਦਾ ਰੈਫਰੈਂਸ ਡਿਸਕ੍ਰਿਪਸ਼ਨ ਵਿੱਚ ਦਊਂਗਾ, ਤੁਸੀਂ ਵੀ ਕਦੀ ਪੜ੍ਹਿਓ। ਅਬਦੁਲ ਬਹਾ ਦੀਆਂ ਜਿਹੜੀਆਂ ਲਿਖਤਾਂ ਉਹਨਾਂ ਮੁਤਾਬਿਕ ਜਿਹੜਾ ਧਰਮ ਅਤੇ ਵਿਗਿਆਨ ਆ ਇਹ ਦੋ ਅਜਿਹੇ ਪੰਖ ਆ ਜਿਸ ਨਾਲ ਜਿਹੜੀ ਆਤਮਾ ਹੈਗੀ ਹੈ ਉਹ ਆਕਾਸ਼ ਦੀਆਂ ਡੂੰਘਿਆਈਆਂ ਵਿੱਚ ਉਡਾਰੀ ਮਾਰਦੀ ਹੈ। ਅਤੇ ਜੇ ਇੱਕੋ ਹੀ ਪੰਖ ਹੋਏ ਤਾਂ ਇਹ ਉਡਾਰੀ ਸੰਭਵ ਨਹੀਂ ਹੈ। ਇਸ ਕਰਕੇ ਧਰਮ ਅਤੇ ਵਿਗਿਆਨ ਦੋਨਾਂ ਦਾ ਨਾਲ ਨਾਲ ਹੋਣਾ ਬਹੁਤ ਜ਼ਰੂਰੀ ਹੈ। ਥੈਂਕ ਯੂ ਵੈਰੀ ਮੱਚ। ਇਹ ਸੀ ਮੇਰਾ ਪਹਿਲਾ ਲੈਕਚਰ, ਹੋਊਗਾ ਥੋੜ੍ਹੇ ਮਿੰਟਾਂ ਦਾ, ਪਰ ਹੋਊਗਾ ਧਰਮ ਅਤੇ ਵਿਗਿਆਨ ਨਾਲ ਸੰਬੰਧਿਤ, ਅਤੇ ਮੈਂ ਇਹ ਸਮਰਪਿਤ ਕਰ ਰਿਹਾ।